ਮੈਂ ਕਹਿੰਦਾ ਤੁਸੀਂ ਅੱਜ ਵੀ ਯਾਦ ਕਰੋ, ਤੁਹਾਨੂੰ ਬਾਬਾ ਜੀ ਅੱਜ ਵੀ ਦਰਸ਼ਨ ਦੇਣਗੇ। 84 ਵਾਪਰੀ ਸਾਡੇ ਤੇ, ਟੈਂਕ ਮਾਰਤੇ ਜੀ ਅਗਲਿਆਂ ਦੇ ਅੰਦਰ ਪਰਿਕਰਮਾ 'ਚ। ਹਿਸਟਰੀ ਪੜ੍ਹਿਓ 84 ਦੀ, ਜਿੱਥੇ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਨਾ ਜੀ, ਜਦੋਂ ਉਸ ਰਾਹ ਤੋਂ ਟੈਂਕ ਲਿਆਉਣ ਲੱਗੇ, ਬਾਬਾ ਦੀਪ ਸਿੰਘ ਦੇ ਸਥਾਨ ਦੇ ਬਿਲਕੁਲ ਸਾਹਮਣੇ ਆ ਕੇ ਟੈਂਕ ਉਸ ਧਰਤੀ ਵਿੱਚ ਧੱਸ ਗਏ। ਉਹ ਟੈਂਕ ਨਾ ਅੱਗੇ ਜਾਵੇ, ਨਾ ਪਿੱਛੇ ਜਾਵੇ, ਨਾ ਚੱਲੇ, ਆਖਰ ਨੂੰ ਉਹ ਟੈਂਕ ਉੱਥੇ ਖੜੇ ਖੜੇ ਉਹਨਾਂ ਨੂੰ ਵਾਪਸ ਕਰਨੇ ਪਏ। ਉਹ ਕਹਿੰਦੇ ਇਹ ਕੀ ਹੋਇਆ ਕਿ ਇੱਥੇ ਟੈਂਕ ਕਿਉਂ ਧੱਸ ਗਏ, ਸਾਡੇ ਟੈਂਕ ਇੱਥੇ ਕਿਉਂ ਨਹੀਂ ਚੱਲੇ, ਕਿਉਂ ਨਹੀਂ ਗੋਲੇ ਨਿਕਲੇ, ਲੋਕਾਂ ਨੂੰ ਨਹੀਂ ਪਤਾ ਲੱਗਿਆ ਆਣਾ। ਪਰ ਸੱਚਾਈ ਇਹ ਸੀ, ਬਾਬਾ ਦੀਪ ਸਿੰਘ ਦੱਸਣਾ ਚਾਹੁੰਦੇ ਸੀਗੇ ਕਿ ਅੱਜ ਵੀ ਮੈਂ ਇਸ ਪਰਿਕਰਮਾ ਤੋਂ ਕਿਤੇ ਬਾਹਰ ਨਹੀਂ ਗਿਆ, ਅੱਜ ਵੀ ਇਸ ਪਰਿਕਰਮਾ ਤੋਂ ਕਿਤੇ ਬਾਹਰ ਨਹੀਂ ਗਿਆ। ਉਦੋਂ ਜਦੋਂ ਕਿ ਜ਼ਾਲਮ ਚੜ੍ਹ ਕੇ ਆਇਆ, ਉਦੋਂ ਮੈਂ ਮੂਹਰੇ ਖੜ ਕੇ ਆਪਣਾ ਸਿਰ ਦੇ ਕੇ ਉਹਨਾਂ ਜ਼ਾਲਮਾਂ ਨੂੰ ਸੋਧਿਆ। ਅੱਜ ਕੋਈ ਟੈਂਕ ਚਾੜ੍ਹੇ ਮੇਰੇ ਗੁਰੂ ਘਰ 'ਤੇ, ਅੱਜ ਮੈਂ ਫਿਰ ਅੱਗੇ ਖੜ੍ਹਾ ਆ, ਉਹਨਾਂ ਟਾਈਮ ਮੈਂ ਅੱਗੇ ਖੜ੍ਹਾ ਰਹਾਂਗਾ ਜਿੰਨਾ ਟਾਈਮ ਤੁਸੀਂ ਆਪਣੇ ਟੈਂਕ ਪਿੱਛੇ ਨਹੀਂ ਕਰਦੇ। ਬਾਬਾ ਜੀ ਦੇ ਸਥਾਨ ਕੋਲ ਤੇ ਟੈਂਕ ਪਿੱਛੇ ਮੋੜਨੇ ਪਏ ਸੀਗੇ, ਟੈਂਕ ਅੱਗੇ ਨਹੀਂ ਗਏ। ਅੱਜ ਵੀ ਬਾਬਾ ਦੀਪ ਸਿੰਘ ਜੀ ਵਰਤਦੇ ਆ। ਤੁਸੀਂ ਬਾਬਾ ਦੀਪ ਸਿੰਘ ਨੂੰ ਆਵਾਜ਼ ਮਾਰ ਕੇ ਦੇਖੋ, ਤੁਸੀਂ ਆਵਾਜ਼ ਮਾਰ ਕੇ ਦੇਖੋ।